ਉਹਨਾਂ ਨੇ ਬਹੁਤ ਸਾਲਾਂ ਦੀ ਰਿਸਰਚ ਕਰਕੇ ਅਤੇ ਸਬੂਤਾਂ ਦੇ ਨਾਲ ਕਿਤਾਬ ਵਿੱਚ ਸਭ ਕੁਝ ਦੱਸਿਆ ਹੈ। ਜਿਹੜੀ ਅਖੀਰਲੀ ਫੈਮਿਲੀ ਆ ਉਸ ਬਾਰੇ ਸੁਣ ਕੇ ਤਾਂ ਤੁਸੀਂ ਵੀ ਚੱਕਰ ਖਾ ਜਾਓਗੇ। ਇਹ ਸਾਰੀਆਂ ਫੈਮਿਲੀ ਸ਼ੈਤਾਨ ਦੀਆਂ ਪੂਜਾ ਕਰਦੀਆਂ ਹਨ। ਇਹ ਆਪਦੇ ਬਹੁਤ ਸਾਰੇ ਪੈਸੇ ਮੈਡੀਸਨ ਅਤੇ ਐਜੂਕੇਸ਼ਨ 'ਚ ਲਾਉਂਦੀਆਂ ਹਨ। ਇਹ ਤੱਕ ਵੀ ਕਿਹਾ ਜਾਂਦਾ ਹੈ ਕਿ ਕਈ ਬਿਮਾਰੀਆਂ ਜਿਵੇਂ ਕਿ ਏਡਸ ਦਾ ਇਲਾਜ ਵੀ ਇਹਨਾਂ ਕੋਲ ਮੌਜੂਦ ਆ, ਪਰ ਪੈਸੇ ਕਮਾਉਣ ਕਰਕੇ ਇਹ ਉਸ ਨੂੰ ਨਹੀਂ ਦਿਖਾਉਂਦੀਆਂ। ਅੱਜ ਆਪਾਂ ਡਿਟੇਲ ਵਿੱਚ ਇਹਨਾਂ ਫੈਮਿਲੀਜ਼ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਸ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ ਐਸਚਰ ਫੈਮਿਲੀ ਦਾ। ਇਹ ਪਰਿਵਾਰ ਦੀ ਸ਼ੁਰੂਆਤ ਜੌਨ ਜੈਕਬ ਐਸਚਰ ਨੇ ਕੀਤੀ ਸੀ।